ਸ਼੍ਰੀਕਾਲ ਦੋਸਤੋ, ਮੈਂ ਗੁਰਵਿੰਦਰ ਤੇ ਇੱਕ ਵਾਰ ਫੇਰ ਤੋਂ ਸਵਾਗਤ ਹੈ ਕੇਸੀਬੀਸੀ ਟੀਵੀ ਤੇ। ਦੋਸਤੋ, ਸਾਗਰ ਜਿਹੜਾ ਹੁੰਦਾ ਹੈ ਨਾ, ਇਹਦੇ ਵਿੱਚ ਹਮੇਸ਼ਾ ਹੀ ਹਜ਼ਾਰਾਂ ਹੀਰੇ ਮੋਤੀ ਜਿਹੜੇ ਨੇ ਭਰੇ ਰਹਿੰਦੇ, ਪਰ ਕੁਝ ਕੁ ਹੀਰੇ ਮੋਤੀ ਕੋਹੇਨੂਰ ਹੁੰਦੇ ਨੇ ਤੇ ਕੋਹੇਨੂਰ ਜਿਹੜੇ ਹੁੰਦੇ ਨੇ ਬਹੁਤ ਥੋੜੇ ਹੀ ਹੁੰਦੇ ਨੇ। ਖਾਲਸਾ ਕਾਲਜ ਵੀ ਇੱਕ ਇਹੋ ਜਿਹਾ ਸਮੁੰਦਰ ਹੈ ਜਿਹਦੇ ਤਾਜ ਦੇ ਵਿੱਚ ਕੁਝ ਇਹੋ ਜਿਹੇ ਕੋਹੇਨੂਰ ਹੀਰੇ ਜੜੇ ਹੋਏ ਨੇ ਜਿਹੜੇ ਨਾ ਤਾਂ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨੇ, ਪਰ ਉਹਨਾਂ ਨੇ ਖਾਲਸਾ ਕਾਲਜ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਇੰਨਾ ਚਮਕਾਇਆ ਕਿ ਖਾਲਸਾ ਕਾਲਜ ਉਹਨਾਂ ਦੇ ਹੋਣ ਤੇ ਫਖਰ ਮਹਿਸੂਸ ਕਰਦਾ ਹੈ। ਜੀ ਬਿਲਕੁਲ, ਅੱਜ ਇਹੋ ਜਿਹੇ ਹੀ ਇੱਕ ਕੋਹੇਨੂਰ ਹੀਰੇ ਜਿਹੜੇ ਕਿ ਖਾਲਸਾ ਕਾਲਜ ਦੇ ਸਟੂਡੈਂਟ ਨੇ, ਨਾਲ ਦੀ ਨਾਲ ਉਹ ਇੱਕ ਡਾਇਰੈਕਟਰ ਨੇ, ਪ੍ਰੋਡਿਊਸਰ ਨੇ, ਨਾਟਕਕਾਰ ਨੇ। ਗੱਲ ਕੀ ਕਿ ਉਹਨਾਂ ਦੀ ਸਿਫਤ ਦੇ ਵਿੱਚ ਸ਼ਾਇਦ ਮੈਂ ਬਹੁਤ ਕੁਝ ਆਪਣੇ ਵਰਡਸ ਦੇ ਵਿੱਚ ਨਹੀਂ ਬੋਲ ਸਕਦੀ। ਮੇਰੀ ਮੁਰਾਦ ਕੇਵਲ ਧਾਲੀਵਾਲ ਜੀ ਤੋਂ, ਤੇ ਕੇਵਲ ਧਾਲੀਵਾਲ ਜੀ ਕਿਸੇ ਪਹਿਚਾਣ ਦਾ ਮੁਹਤਾਜ ਨਹੀਂ ਨੇ, ਤੇ ਆਪਾਂ ਉਹਨਾਂ ਦੇ ਨਾਲ ਗੱਲ ਕਰਾਂਗੇ, ਉਹਨਾਂ ਬਾਰੇ ਜਾਣਾਂਗੇ। ਸੋ ਸਰ, ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਸ਼ੁਕਰੀਆ ਸਰ। ਸਭ ਤੋਂ ਪਹਿਲੇ ਤੇ ਸਾਨੂੰ ਆਪਣੇ ਪਿਛੋਕੜ ਬਾਰੇ ਥੋੜਾ ਜਿਹਾ ਦੱਸੋ ਕਿ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ, ਕਿੱਦਾਂ? ਬਿਲੋਂਗ ਤਾਂ ਮੈਂ ਅੰਮ੍ਰਿਤਸਰ ਤੋਂ ਹੀ ਕਰਦਾ ਵਾਂ, ਔਰ ਮੇਰਾ ਅਜਨਾਲੇ ਦੇ ਨੇੜੇ ਸਾਡਾ ਪਿੰਡ ਹੈ ਧਾਲੀਵਾਲ, ਬੱਗੇ ਛੀਨੇ ਤੇ ਧਾਲੀਵਾਲ ਇੱਧਰ ਕੁੱਕੜਾਂ ਵਾਲੇ ਦੇ ਨੇੜੇ ਹੈ। ਸੋ ਇੱਥੋਂ ਮੇਰੇ ਫਾਦਰ ਸਾਹਿਬ ਤੇ ਸਾਡਾ ਹੋਰ ਸਾਰਾ ਖਾਨਦਾਨ ਜਿਹੜਾ ਕਿ ਉਹ ਉਸ ਪਿੰਡ ਦੇ ਵਿੱਚ, ਪਰ ਮੇਰੇ ਫਾਦਰ ਸਾਹਿਬ ਬਹੁਤ ਮੇਰੇ ਜਨਮ ਤੋਂ ਵੀ ਪਹਿਲਾਂ ਪਿੰਡ ਛੱਡ ਆਏ ਸੀਗੇ ਤੇ ਉਹ ਫਿਰ ਸ਼ਹਿਰ ਆ ਕੇ ਵੱਸ ਗਏ ਸੀਗੇ। ਤੇ ਹਾਲਾਂਕਿ ਉਸ ਤੋਂ ਪਹਿਲੇ ਉਹ 1947 ਤੋਂ ਪਹਿਲਾਂ ਕਿ ਪਾਕਿਸਤਾਨ ਵਾਲੇ ਇਲਾਕੇ ਵਿੱਚ ਸੀਗੇ ਜਿਹੜਾ ਹੁਣ ਪਾਕਿਸਤਾਨ ਦੇ ਵਿੱਚ ਹੈ, ਤੇ ਫਾਦਰ ਸਾਹਿਬ ਉਧਰੋਂ ਆਏ ਸੀ ਬਾਹਰ ਦੇ ਇਲਾਕੇ ਚੋਂ, ਸਾਰੇ ਮੇਰੇ ਦਾਦੀ ਜੀ ਸਾਰੇ ਉਧਰੋਂ ਆ ਕੇ ਫਿਰ ਇਸ ਪਿੰਡ ਦੇ ਵਿੱਚ, ਇੱਥੋਂ ਫਿਰ ਛੱਡ ਕੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ। ਇੱਥੇ ਫਿਰ ਸਾਡੀ ਡੇਅਰੀ ਸੀਗੀ ਦੁੱਧ ਦੀ, ਔਰ ਮੇਰੇ ਫਾਦਰ ਸਾਹਿਬ ਨੇ ਬਹੁਤ ਕਹਿ ਲਓ ਕਿ ਬੜੇ ਮਿਹਨਤੀ ਇਨਸਾਨ ਸੀਗੇ ਮੇਰੇ ਮਾਂ ਬਾਪ ਦੋਨੋਂ ਹੀ, ਤੇ ਸਾਡੀ ਕਿਸਾਨੀ ਵਾਲੀ ਫੈਮਿਲੀ ਨੂੰ ਬੈਕਗਰਾਊਂਡ ਕਰਦੇ ਬੈਕਗਰਾਊਂਡ ਹੈ ਸਾਡੀ, ਤੇ ਇਸ ਕਰਕੇ ਕਹਿ ਲਓ ਕਿ ਉਹ ਬਸ ਇੱਕ ਉਹਨਾਂ ਦਾ ਘਰ ਦਾ ਹੀ ਕੰਮ ਸੀਗਾ ਸਾਡਾ, ਤੇ ਕਾਫੀ ਲਗਭਗ ਮੇਰੇ ਕੋਲ 70-80 ਡੰਗਰ ਸੀਗੇ ਸਾਡੇ ਘਰ ਦੇ ਵਿੱਚ, ਮੱਝਾਂ ਗਾਵਾਂ ਬਹੁਤ ਜ਼ਿਆਦਾ ਸੀ, 5-7 ਕਾਮੇ ਸੀਗੇ ਕੰਮ ਕਰਨ ਵਾਲੇ, ਤੇ ਅਸੀਂ 4 ਭੈਣ ਭਰਾ, 2 ਮੇਰੀਆਂ ਵੱਡੀਆਂ ਭੈਣਾਂ, 1 ਮੇਰੇ ਬ੍ਰਦਰ ਵੱਡੇ, ਔਰ ਮੈਂ ਪਰਿਵਾਰ ਦੇ ਵਿੱਚੋਂ ਮੈਂ ਸਭ ਤੋਂ ਛੋਟਾ ਭੈਣ ਭਰਾਵਾਂ ਦੇ ਵਿੱਚੋਂ ਮੈਂ, ਤੇ ਇਹ ਯਾਨੀ ਕਿ ਫੈਮਿਲੀ ਬੈਕਗਰਾਊਂਡ ਦੇ ਵਿੱਚ ਇਹ ਸੀਗਾ ਕਿ ਇੱਥੇ ਸ਼ਹਿਰ ਵਿੱਚ ਹੀ ਰਹੇ ਅਸੀਂ ਰਹੇ ਪਰ ਸ਼ਹਿਰ ਵਿੱਚ। ਸਰ, ਜਿਹੜਾ ਤੁਹਾਡਾ ਇੰਟਰਸਟ ਆ, ਕਿਉਂਕਿ ਉਸ ਟਾਈਮ ਤੇ ਕਿਸਾਨੀ ਪਰਿਵਾਰ ਚ ਉੱਠ ਗਈ, ਫੈਮਿਲੀ ਚ ਸੀ ਕਿਸੇ ਨੂੰ ਇੰਟਰਸਟ ਦਾ, ਇਹ ਆਪਣਾ ਅੰਦਰ ਦਾ ਇੱਕ ਸੀ ਕਿ ਹਾਲੇ ਕਿ ਮੈਂ ਬਹੁਤ ਛੋਟੀ ਉਮਰ ਵਿੱਚ ਮੈਨੂੰ ਕੁਝ ਸਿੰਗਿੰਗ ਦਾ ਸ਼ੌਕ ਸੀਗਾ, ਕੁਝ ਗਾ ਲੈਂਦਾ ਸੀ, ਜਿਵੇਂ ਸਕੂਲ ਦੀਆਂ ਸਟੇਜਾਂ ਤੇ ਬੱਚਿਆਂ ਨੂੰ ਖੜਾ ਕੇ ਕੋਈ ਗੀਤ ਗਵਾ ਦਿੰਦੇ ਤੇ ਮੈਂ ਵੀ ਉਹ ਗੀਤ ਗਾ ਲੈਂਦਾ ਸੀਗਾ। ਮੈਨੂੰ ਯਾਦ ਹੈ ਕਿ 5ਵੀਂ ਜਮਾਤ ਵਿੱਚ ਅਸੀਂ ਇੱਕ ਗੀਤ, ਇਹ ਪਿਆਰੀ ਭਾਰਤ ਮਾਂ ਅਸੀਂ ਤੈਨੂੰ ਸੀਸ ਨਵਾਉਂਦੇ ਹਾਂ, ਤੇਰੇ ਤੋਂ ਸਦਕੇ ਜਾਂਦੇ ਹਾਂ, ਇਹ 13 ਸਿੰਘ ਚਾਨੂ ਰਦਰ ਲਿਖਿਆ ਗੀਤ ਸੀਗਾ। ਇਹ ਉਦੋਂ ਤਾਂ ਸਾਨੂੰ ਪਤਾ ਨਹੀਂ ਸੀ ਕਿ ਉਹਨਾਂ ਦਾ ਲਿਖਿਆ, ਪਰ ਬਾਅਦ 'ਚ ਪਤਾ ਲੱਗਾ ਕਿ 13 ਸਿੰਘ ਚਾਨੂ ਰਦਰ ਗੀਤ ਹੈ, ਅਤੇ ਉਹ ਅਸੀਂ ਐਕਸ਼ਨ ਦੇ ਨਾਲ ਗਾਇਆ ਸੀ ਕਿ ਇੱਕ ਬੱਚਾ ਕੋਈ ਭਾਰਤ ਮਾਂ ਬਣਿਆ ਹੋਇਆ ਅਤੇ ਅਸੀਂ ਵੀ ਸ਼ੇਪ 'ਚ 2 ਸਾਈਡਾਂ 'ਤੇ 5-5 ਬੱਚੇ ਖੜ੍ਹੇ, 2 ਹੱਥ ਹਿਲਾ ਕੇ ਉਹਦੇ ਵੱਲ ਇਹ ਪਿਆਰੀ ਭਾਰਤ ਮਾਂ ਅਸੀਂ ਤੈਨੂੰ, ਯਾਨੀ ਇੱਦਾਂ ਦਾ ਸਾਡਾ ਸੀ। ਅਤੇ ਉਹ ਫਿਰ ਉੱਥੋਂ ਕੁਝ ਇੰਟਰਸਟ ਬਣਿਆ ਸਕੂਲ 'ਚ ਹਰ ਸਟੇਜ ਦੇ ਉੱਤੇ, 6ਵੀਂ 7ਵੀਂ ਜਮਾਤ ਵਿੱਚ। ਫਿਰ ਮੈਂ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਚਲਾ ਗਿਆ, ਅਤੇ ਜਿਹੜਾ ਕਿ ਖਾਲਸਾ ਕਾਲਜ ਦੀ ਇਕਾਈ ਹੈ, ਮੈਂ ਉੱਥੇ ਮੇਰੇ ਕੋਲ 6ਵੀਂ 7ਵੀਂ 'ਚ ਮੈਂ ਉੱਥੇ ਚਲਾ ਗਿਆ। ਉੱਥੇ ਮੇਰੇ ਟੀਚਰਸ ਨੇ ਮੇਰੇ ਜਿਹੜੀ ਕਹਿ ਲਓ ਕਿ ਐਕਟਿੰਗ ਦੀ ਜਿਹੜੀ ਮੇਰੀ ਪ੍ਰਤਿਭਾ, ਉਹਨੂੰ ਪਹਿਚਾਣ ਉਹਨਾਂ ਨੇ ਦਿੱਤੀ। ਮੈਂ ਉਦੋਂ ਸਕੂਲ ਦੇ ਵਿੱਚ 7ਵੀਂ ਜਮਾਤ 'ਚ ਸੀਗਾ, 7ਵੀਂ 'ਚ ਸੀ ਆ, ਸਰਦਾਰ ਕੁਲਦੀਪ ਸਿੰਘ ਮੇਰੇ ਟੀਚਰ ਸੀਗੇ,
ਔਰ ਕਲਾਸ ਵਿੱਚ ਜਿੱਦਾਂ ਕੋਈ ਕਿਤਾਬ ਲੈ ਕੇ ਕਹਿੰਦੇ ਨੇ ਲੈ ਵੀ ਹੁਣ ਤੂੰ ਪੜ੍ਹ ਹੁਣ ਤੇਰੀ ਵਾਰੀ ਆ ਤੂੰ ਪੜ੍ਹ ਉਹ ਮੈਂ ਪੜ੍ਹਦਾ ਪਿਆ ਸੀ ਤਾਂ ਉਹ ਮੈਨੂੰ ਕਹਿੰਦੇ ਕਿ ਤੂੰ ਤਾਂ ਬੜਾ ਸੋਹਣਾ ਪੜ੍ਹਦਾ ਜਿਵੇਂ ਜਿਹੜੀ ਡਾਇਲੈਕ ਸੀ ਮੈਂ ਉੱਦਾਂ ਹੀ ਪੜ੍ਹਦਾ ਸੀ ਜਿੱਦਾਂ ਉਹ ਕਰੈਕਟਰ ਕੋਈ ਬੋਲਦੇ ਆ ਤਾਂ ਕਹਿੰਦੇ ਤੂੰ ਤਾਂ ਬੜਾ ਵਧੀਆ ਤੂੰ ਤਾਂ ਐਕਟਿੰਗ ਕਰ ਤੂੰ ਇਹ ਕੀ ਕਰਨ ਡਿਆ ਤੂੰ ਇੱਥੇ ਚੱਲ ਤੈਨੂੰ ਮੈਂ ਐਕਟਿੰਗ ਵਾਲੇ ਜਿਹੜੇ ਮੈਡਮ ਸਿਖਾਉਂਦੇ ਆ ਸਾਡੇ ਇੱਥੇ ਟੀਚਰ ਨੇ ਜਿਹੜੇ ਉਹਨਾਂ ਕੋਲ ਤੈਨੂੰ ਮੈਂ ਛੱਡ ਕੇ ਆਉਂਦਾ ਉਹਨਾਂ ਨੇ ਮੈਨੂੰ ਕਲਾਸ ਚੋਂ ਚੁੱਕਿਆ ਅਤੇ ਮੈਡਮ ਸੁਪ੍ਰਭਾ ਆ ਰਿਹਾ ਜਿਹੜੇ ਹੁਣ ਬੀਬੀ ਕੇ ਡੀ ਏ ਵੀ ਕਾਲਜ 'ਚ ਨੇ ਉਹ ਉਦੋਂ ਖਾਲਸਾ ਸਕੂਲ 'ਚ ਹਿੰਦੀ ਦੇ ਟੀਚਰ ਸੀਗੇ ਉਦੋਂ ਸੁਪ੍ਰਭਾ ਸ਼ਰਮਾ ਹੀ ਕਹਿੰਦੇ ਸੀ ਅਸੀਂ ਅਤੇ ਉਹ ਨਾਟਕਾਂ ਦੇ ਇੰਚਾਰਜ ਸੀਗੇ ਅਤੇ ਨਾਟਕਾਂ ਉਦੋਂ ਭਾਸ਼ਾ ਵਿਭਾਗ ਦੇ ਮੁਕਾਬਲੇ ਹੁੰਦੇ ਸੀ ਐਜੂਕੇਸ਼ਨ ਬੋਰਡ ਦੇ ਮੁਕਾਬਲੇ ਹੁੰਦੇ ਸੀ ਅਤੇ ਉਹਦੇ ਵਿੱਚ ਨਾਟਕਾਂ ਦੀਆਂ ਟੀਮਾਂ 'ਚ ਲੈ ਕੇ ਜਾਂਦੇ ਅਤੇ ਮੈਂ ਛੋਟਾ ਜਿਹਾ ਬਸ ਮੈਂ ਉਹਨਾਂ ਕੋਲ ਉਹ ਸਰਦਾਰ ਕੁਲਦੀਪ ਸਿੰਘ ਹੋਰੀ ਮੈਨੂੰ ਉਹਨਾਂ ਕੋਲ ਛੱਡ ਕੇ ਆਏ ਪਹਿਚਾਣ ਲਿਆ ਉਹਨਾਂ ਨੇ ਅਤੇ ਫਿਰ ਬਾਕੀ ਜਿਹੜੀ ਉਡਾਰੀ ਕਹਿ ਲਓ ਕਿ ਉਹ ਮੈਡਮ ਸਾਡੇ ਜਿਹੜੇ ਸੁਪ੍ਰਭਾ ਆ ਰਹੇ ਮੈਡਮ ਮੈਂ ਉਹਨਾਂ ਨੂੰ ਹਮੇਸ਼ਾ ਗੁਰੂ ਮਾਂ ਦਾ ਦਰਜਾ ਦਿੰਦਾ ਵਾ ਅੱਜ ਵੀ ਜਦੋਂ ਮੈਨੂੰ ਮਿਲਦੇ ਆ ਹਮੇਸ਼ਾ ਮੈਂ ਬੜਾ ਉਹਨਾਂ ਦਾ ਮੇਰੀ ਜ਼ਿੰਦਗੀ 'ਚ ਰੋਲ ਹੈ ਅਤੇ ਉਹਨਾਂ ਨੇ ਬਸ ਉਹ ਛੇਵੀਂ ਸੱਤਵੀਂ ਅੱਠਵੀਂ ਜਮਾਤ ਵਿੱਚ ਨੌਵੀਂ ਤੱਕ ਉਹ ਮੈਨੂੰ ਪਲੇ ਵਗੈਰਾ ਕਰਵਾਉਂਦੇ ਰਹੇ ਅਸੀਂ ਜਿੱਥੇ ਵੀ ਜਾਣਾ ਚੰਗੇ ਇਨਾਮ ਲੈ ਕੇ ਆਉਣੇ ਟਰੋਫੀਆਂ ਲੈ ਕੇ ਆਉਣੀਆਂ ਹੋਰ ਜ਼ਿਆਦਾ ਚੰਗਾ ਲੱਗਦਾ ਸੀ ਰੋਲ ਸੀਗਾ ਡੂਮ ਦਾ ਤੇ ਉਹ ਕਰ ਰਿਹਾ ਸੀ ਤੇ ਗੁਰਸ਼ਰਨ ਭਾਜੀ ਐਜ਼ ਏ ਚੀਫ ਗੈਸਟ ਸਕੂਲੇ ਆਏ ਸੀਗੇ ਤੇ ਭਾਜੀ ਦੀ ਪਾਰਖੂ ਅੱਖ ਸੀਗੀ ਗੁਰਸ਼ਰਨ ਭਾਜੀ ਦੀ ਤੇ ਉਹਨਾਂ ਨੇ ਉਹ ਜਦੋਂ ਮੈਂ ਸਟੇਜ ਤੋਂ ਖਤਮ ਕੀਤਾ ਤਾਂ ਮੈਨੂੰ ਕਹਿੰਦੇ ਮੁੰਡਾ ਬਹੁਤ ਵਧੀਆ ਤੂੰ ਕਿੱਥੇ ਰਹਿੰਦਾ ਅਤੇ ਮੈਂ ਦੱਸਿਆ ਕਿ ਮੈਂ ਇੱਦਾਂ ਮੇਰਾ ਘਰ ਪਹਿਲੇ ਇੱਥੇ ਪੁਤਲੀ ਘਰ ਏਰੀਏ 'ਚ ਸੀ ਅਤੇ ਭਾਜੀ ਦਾ ਘਰ ਗੰਗਾ ਬਿਲਡਿੰਗ ਦੇ ਕੋਲ ਸੀਗਾ ਅਤੇ ਮੈਂ ਦੱਸਿਆ ਮੈਂ ਪੁਤਲੀ ਘਰ ਇੱਦਾਂ ਇਸ ਗਲੀ 'ਚ ਰਹਿੰਦਾ ਕਹਿੰਦੇ ਤੂੰ ਮੇਰੇ ਘਰ ਦੇ ਕੋਲ ਹੀ ਰਹਿੰਦਾ ਅਤੇ ਇਹ 1978 ਦੀ ਗੱਲ ਹੈ ਉਸ ਤੋਂ ਪਹਿਲੇ ਮੈਂ 76-77 ਮੈਂ ਸਕੂਲ 'ਚ ਕਰ ਰਿਹਾ ਸੀਗਾ ਅਤੇ ਉਹ 78 ਵਿੱਚ ਫਿਰ ਮੈਂ ਗੁਰਸ਼ਰਨ ਭਾਜੀ ਦਾ ਗਰੁੱਪ ਜੁਆਇਨ ਕਰ ਲਿਆ ਅਤੇ ਉਦੋਂ ਹੀ ਇੱਥੇ ਅੰਮ੍ਰਿਤਸਰ 'ਚ ਬੰਸੀ ਕੌਰ ਹੋਰਾਂ ਨੇ ਥੀਏਟਰ ਵਰਕਸ਼ਾਪ ਲਗਾਈ ਸੀ ਅਤੇ ਬੜਾ ਫੇਮਸ ਪਲੇ ਧਮਕ ਲਗਾਰੇ ਦੀ ਜਿਹੜਾ ਉਦੋਂ ਲਿਖਿਆ ਗਿਆ ਦਿੱਲੀ ਪੱਟੀ ਦੀ ਲਾਈਫ 'ਤੇ ਖੇਡਿਆ ਗਿਆ ਮੈਂ ਤਾਂ ਉਦੋਂ ਉਹਦੀ ਭੀੜ ਦਾ ਹਿੱਸਾ ਹੀ ਸੀ ਕਿਉਂਕਿ ਛੋਟਾ ਜਿਹਾ ਸੀ ਮੈਂ ਅਤੇ ਮੈਂ ਭੀੜ ਦੇ ਵਿੱਚ ਇੱਧਰ ਉੱਧਰ ਜਿਹੜੇ ਭੀੜ ਕਰਾਊਡ ਵਾਲੇ ਸੀਨ ਸੀ ਮੈਂ ਉਹਨਾਂ 'ਚ ਹੀ ਬੈਠਦਾ ਸੀਗਾ ਅਤੇ ਉਹ ਉੱਥੋਂ ਸ਼ੁਰੂਆਤ ਹੋਈ ਫਿਰ ਗੁਰਸ਼ਰਨ ਭਾਜੀ ਨਾਲ ਅਤੇ ਫਿਰ ਮੈਂ 1978 ਤੋਂ ਲੈ ਕੇ ਅਤੇ 1988 ਤੱਕ ਉਹ 10 ਸਾਲ ਪੂਰੇ ਮੈਂ ਫਿਰ ਗੁਰਸ਼ਰਨ ਭਾਜੀ ਨਾਲ ਕੰਮ ਕੀਤਾ ਖਤਮ ਕੀਤੀ ਫਿਰ ਮੈਂ ਖਾਲਸਾ ਕਾਲਜ ਐਡਮਿਸ਼ਨ ਲਈ ਤੇ ਫਿਰ ਇੱਥੇ ਆ ਕੇ ਵੀ ਮੇਰੀ ਐਕਟੀਵਿਟੀ ਤਾਂ ਰੁਕੀ ਨਾ ਤੇ ਫਿਰ ਮੈਂ ਇੱਥੇ ਵੀ ਸਾਡੇ ਉਹਨਾਂ ਦਿਨਾਂ 'ਚ ਇੰਚਾਰਜ ਹੁੰਦੇ ਸੀ ਸਰਦਾਰ ਮਹਿੰਦਰ ਸਿੰਘ ਤੇਜ ਉਹਨਾਂ ਦਾ ਬਿਲਕੁਲ ਬੇਟਾ ਸ਼ਾਇਦ ਬਾਅਦ ਵਿੱਚ ਕਾਲਜ ਪੜ੍ਹਾਉਂਦੇ ਰਹੇ ਆ ਜਾਂ ਹੈਗੇ ਨੇ ਸ਼ਾਇਦ ਅਜੇ ਵੀ ਅਤੇ ਮਹਿੰਦਰ ਸਿੰਘ ਤੇਜ ਉਹ ਸਾਡੇ ਸੀ ਸੀ ਏ ਡਿਪਾਰਟਮੈਂਟ ਦੇ ਇੰਚਾਰਜ ਸੀ ਕਲਚਰਲ ਐਕਟੀਵਿਟੀ ਦੇ ਅਤੇ ਉਹ ਸਾਨੂੰ ਬੜੀ ਹੈਲਪ ਕਰਦੇ ਸੀਗੇ ਉਹ ਹੋਸਟਲ ਦੇ ਇੰਚਾਰਜ ਵੀ ਸੀ ਖਾਲਸਾ ਕਾਲਜ ਦੇ ਅੰਦਰ ਹੀ ਰਹਿੰਦੇ ਸੀਗੇ ਮੈਨੂੰ ਅਜੇ ਵੀ ਯਾਦ ਹੈ ਉਹਨਾਂ ਦਾ ਘਰ ਕਿੱਥੇ ਸੀਗਾ ਜਿੱਥੇ ਅੱਜ ਕੱਲ੍ਹ ਤੁਹਾਡਾ ਸਾਈਕਲ ਸਟੈਂਡ ਹੈ ਨਾ ਬੋਰਡ ਵਾਲਾ ਹਿੱਸਾ ਉਹਦੇ ਜਿਹੜੇ ਪਿਛਲੇ ਪਾਸੇ ਕੁਆਟਰ ਜਿਹੜੇ ਕੋਠੀਆਂ ਨੇ ਉਹਨਾਂ 'ਚ ਉਹਨਾਂ ਦਾ ਘਰ ਸੀਗਾ ਕਿਉਂਕਿ ਉਹ ਕਈ ਵਾਰੀ ਸਾਨੂੰ ਉਹ ਬੜੇ ਅੱਛੇ ਸੀਗੇ ਸਾਨੂੰ ਚਾਹ ਰਿਹਸਲ ਤੋਂ ਬਾਅਦ ਚਾਹ ਪਾਣੀ ਪਿਉਣ ਲਈ ਘਰ ਵੀ ਲੈ ਜਾਂਦੇ ਸੀਗੇ ਸਾਨੂੰ ਹੋਸਟਲ 'ਚ ਸਾਡੀ ਮੈਸ ਦੇ ਵਿੱਚ ਉਹਨਾਂ ਨੇ ਖਾਣਾ ਲਵਾਇਆ ਹੋਇਆ ਸੀ ਕਿ ਮੁੰਡੇ ਬੜੀ ਮਿਹਨਤ ਕਰਦੇ ਆ ਇਹਨਾਂ ਦਾ ਖਾਣਾ ਇੱਥੇ ਹੋਸਟਲ 'ਚ ਹੀ ਹੋਏਗਾ ਪਹੁੰਚਣਾ ਇੱਕ ਬਹੁਤ ਵੱਡੀ ਮਤਲਬ ਬੜੀ ਤਕੜੀ ਗੱਲ ਬੜੇ ਵੱਡੇ ਵੱਡੇ ਆਰਟਿਸਟ ਤੇ ਤੁਸੀਂ 1988 ਵਿੱਚ ਨੈਸ਼ਨਲ ਸਕੂਲ ਡਰਾਮਾ ਜੁਆਇਨ ਕੀਤਾ ਇੱਕ ਬੜੀ ਹੈ ਨਾ ਤਕੜੀ ਅਚੀਵਮੈਂਟ ਸੀ ਉੱਥੇ ਜਾਣ ਦਾ ਸਵਾਗਤ ਜਾਂ ਕਿੱਦਾਂ ਇਹ ਆਇਆ ਜਾਂ ਐਡਮਿਸ਼ਨ ਕਿੱਦਾਂ ਹੋਈ ਉਹ ਜਦੋਂ ਮੈਂ ਹਲੇ ਇੱਥੇ ਗੁਰਸ਼ਰਨ ਭਾਜੀ ਕੋਲ ਕੰਮ ਕਰਦਾ ਸੀਗਾ ਤੇ ਮੈਂ ਨਾ ਉਦੋਂ ਕਾਲਜ ਕੰਪਲੀਟ ਕਰਕੇ ਤੇ ਮੈਂ ਖਾਲਸਾ ਸਕੂਲ 'ਚ ਮੈਨੂੰ ਜੋਬ ਮਿਲ ਗਈ ਸੀ ਜਿੱਥੇ ਮੈਂ ਪੜ੍ਹਦਾ ਰਿਹਾ ਸਕੂਲ 'ਚ ਸੀਨੀਅਰ ਸੈਕੰਡਰੀ ਸਕੂਲ 'ਚ
ਤੇ ਉਦੋਂ ਹੀ ਮੈਂ ਯਾਨੀ ਕਿ 1983 ਚ ਮੈਂ ਕੈਨੇਡਾ, ਅਮਰੀਕਾ, ਇੰਗਲੈਂਡ, ਜਰਮਨ ਇਹ ਸਭ ਜਗ੍ਹਾ ਤੇ ਅਸੀਂ ਟੂਰ ਵੀ ਕਰ ਆਏ ਸੀ। 4-5 ਮਹੀਨੇ ਦਾ ਟੂਰ ਸੀਗਾ ਤੇ ਅਸੀਂ ਬੜੇ ਸ਼ੋਅ ਕੀਤੇ ਸੀ ਉਹਨਾਂ ਮੁਲਕਾਂ ਦੇ ਵਿੱਚ ਤੇ ਉਹ ਬੜਾ ਸਫਲ ਸਾਡਾ ਟੂਰ ਸੀਗਾ। ਗੁਰਸ਼ਰਨ ਭਾਜੀ ਨਾਲ ਗਏ ਸੀ ਤੇ ਉਸ ਤੋਂ ਬਾਅਦ ਜਿਹੜੀ ਦੇਖੋ 1983 ਚ ਮੈਂ ਉਦੋਂ ਹਾਲੇ 18-19 ਸਾਲ ਦਾ ਹੋਵਾਂ ਤਾਂ ਅਸੀਂ ਇੰਨਾ ਹੀ ਸੀਗਾ ਤੇ ਉਦੋਂ ਮੈਂ ਸਾਰੇ ਮੁਲਕ ਘੁੰਮ ਵੀ ਲਏ ਸੀ ਤੇ ਨਾਟਕ ਕਰਕੇ ਗਏ ਨਾਟਕ ਦੀ ਸਿਰ ਤੋਂ। ਤੇ ਜਦੋਂ ਮੈਂ ਵਾਪਸ ਆਇਆ ਤੇ ਸਾਡੇ ਪ੍ਰਿੰਸੀਪਲ ਸਰਦਾਰ ਸ਼ੰਗਾਰਾ ਸਿੰਘ ਢਿੱਲੋਂ ਹੁੰਦੇ ਸੀਗੇ ਤੇ ਸਕੂਲ ਦੇ ਵਿੱਚ ਉਹ ਮੈਨੂੰ ਮੇਰੇ ਨਾਲ ਬੜਾ ਪਿਆਰ ਸੀ ਉਹ ਕਿਉਂਕਿ ਮੈਂ ਸਕੂਲੇ ਕਾਫੀ ਉਹਨਾਂ ਦਾ ਫੇਵਰੇਟ ਸਟੂਡੈਂਟ ਸੀਗਾ ਐਕਟਰ ਹੋਣ ਕਰਕੇ ਤੇ ਉਹ ਮੈਨੂੰ ਕਹਿੰਦੇ ਕਿ ਤੂੰ ਬਾਹਰੋਂ ਆਇਆ ਤੂੰ ਬੜਾ ਸਾਡਾ ਸਕੂਲ ਚ ਸਕੂਲ ਹੀ ਆ ਜਾ ਅਸੀਂ ਤੈਨੂੰ ਜੋਬ ਦੇ ਦਿੰਦੇ ਹਾਂ ਤੇ ਤੂੰ ਇੱਥੇ ਨਾਲੇ ਤਿਆਰ ਕਰਵਾਇਆ ਕਰ ਨਾਲੇ ਇੱਕ ਦੋ ਪੀਰੀਅਡ ਵੀ ਲੈ ਲਿਆ ਕਰ। ਸੋ ਉੱਦਾਂ ਉਹਨਾਂ ਨੇ ਫਿਰ ਮੈਨੂੰ 4 ਸਾਲ ਮੈਂ ਉੱਥੇ ਰਿਹਾ 88 ਤੱਕ। ਇਸ ਦੌਰਾਨ ਹੀ ਮੈਂ ਮਹਿਸੂਸ ਕੀਤਾ ਕਿ ਮੈਂ ਸ਼ਾਇਦ ਇਸ ਜੋਬ ਲਈ ਨਹੀਂ ਬਣਿਆ ਹੋਇਆ, ਮੇਰੇ ਤੇ ਹੋਰ ਸੁਪਨੇ ਆ ਕਿ ਮੇਰੇ ਰੰਗਮੰਚ ਦੇ ਸੁਪਨੇ ਆ ਤੇ ਜੇ ਮੈਂ ਰੰਗਮੰਚ ਕਰਨਾ ਤੇ ਕਿਉਂ ਨਾ ਮੈਂ ਟ੍ਰੇਨਿੰਗ ਲਵਾਂ ਪ੍ਰੋਪਰ। ਹਾਲੇ ਕਿ ਗੁਰਸ਼ਰਨ ਭਾਜੀ ਦੀ ਜਿਹੜੀ ਟ੍ਰੇਨਿੰਗ ਸੀ ਉਹ ਬੜੀ 10 ਸਾਲ ਦੀ ਵੱਡੀ ਟ੍ਰੇਨਿੰਗ ਸੀ। 10 ਸਾਲ ਮੈਂ ਉਹਨਾਂ ਨਾਲ ਕੰਮ ਕੀਤਾ ਔਰ 10 ਸਾਲ ਉਹ ਦੌਰ ਸੀਗਾ ਜਿਹੜਾ ਕਿ ਪੰਜਾਬ ਦੇ ਵਿੱਚ ਅੱਤਵਾਦ ਦਾ ਦੌਰ ਕਿਹਾ ਜਾਂਦਾ ਹੈ, ਦੋਨੋਂ ਪਾਸਿਆਂ ਤੋਂ ਹੀ ਇਸ ਤਰ੍ਹਾਂ ਦਾ ਦੌਰ ਸੀਗਾ ਤੇ ਉਹ ਉਸ ਦੌਰ ਨੇ ਸਾਨੂੰ ਸਿਖਾਇਆ ਬੜਾ ਕੁਝ ਤੇ ਅਸੀਂ ਪੰਜਾਬ ਦੇ ਪਿੰਡਾਂ ਵਿੱਚ ਜਾ ਕੇ ਇੱਕ ਦਿਨ 'ਚ 3-3 ਪਿੰਡਾਂ ਨੂੰ ਅਸੀਂ ਕਵਰ ਕਰਦੇ ਸੀ। ਉਹਨਾਂ ਦਿਨਾਂ ਸਾਡੇ ਕੋਲ ਗੱਡੀਆਂ ਨਹੀਂ ਸੀ ਹੁੰਦੀਆਂ, ਕਾਰਾਂ ਨਹੀਂ ਸੀਗੀਆਂ ਤੇ ਅਸੀਂ ਬੱਸਾਂ ਦੇ ਵਿੱਚ ਹੀ ਜਾਂਦੇ ਸੀ। ਬੱਸਾਂ 'ਚ ਸਾਨੂੰ ਜਗ੍ਹਾ ਨਾ ਮਿਲਣੀ, ਬੱਸਾਂ ਦੇ ਪਿੱਛੇ ਅਸੀਂ ਲਟਕ ਕੇ ਜਾਣਾ, ਮੋਢਿਆਂ 'ਤੇ ਅਸੀਂ ਕੋਸਟਿਊਮ ਵਾਲੇ ਬੈਗ ਪਾਏ ਹੋਣੇ, ਪ੍ਰੋਪਰਟੀ ਵਾਲਾ ਸਮਾਨ ਹੋਣਾ ਜਾਂ ਬੱਸਾਂ ਦੇ ਉੱਪਰ ਚੜ੍ਹ ਕੇ ਬੈਠੇ ਹੋਣਾ ਤੇ ਅਸੀਂ ਕਹਿ ਲਓ ਕਿ ਸੈਂਕੜੇ ਮੀਲ ਜਿਹੜਾ ਸਫ਼ਰ ਹੈ ਅੰਮ੍ਰਿਤਸਰ ਤੋਂ ਬਠਿੰਡੇ ਤੱਕ ਦਾ ਅਸੀਂ ਉੱਪਰ ਬੈਠੇ ਹੀ ਇੱਦਾਂ ਤੈਅ ਕਰਦੇ ਰਹੇ। ਸ਼ਾਇਦ ਉਹ ਮਿਹਨਤ ਦਾ ਨਤੀਜਾ ਹੈ ਕਿ ਨਾਟਕ ਨੇ ਤੁਹਾਨੂੰ ਉਸ ਬੁਲੰਦੀ ਤੇ ਬਿਲਕੁਲ ਉਹ ਉਸ ਪੀਰੀਅਡ ਦੇ ਵਿੱਚ ਜਿਹੜੀ ਕਮਿਟਮੈਂਟ ਸਾਨੂੰ ਦਿੱਤੀ ਨਾ ਪੀਰੀਅਡ ਨੇ ਕਿ ਤੁਸੀਂ ਆਪਣੇ ਲੋਕਾਂ ਲਈ ਕੰਮ ਕਿੱਦਾਂ ਕਰਨਾ, ਆਪਣੇ ਲੋਕਾਂ ਵਿੱਚ ਕਿੱਦਾਂ ਜਾਣਾ, ਸਮਾਜ ਨੂੰ ਸਮਝਣਾ ਕਿੱਦਾਂ ਹੈ, ਸਮਾਜ ਦੀ ਗੱਲ ਕਿੱਦਾਂ ਕਰਨੀ ਹੈ ਨਾਟਕ ਦੇ ਬਾਅਦ। ਸੋ ਉਹ ਗੁਰਸ਼ਰਨ ਭਾਜੀ ਨਾਲ ਰਹਿ ਕੇ ਉਹ 10 ਸਾਲ ਦਾ ਪੀਰੀਅਡ ਤੇ ਉਹਦੇ ਨਾਲ ਇੱਕ ਇਹ ਸਿੱਖਿਆ ਸਾਨੂੰ ਪੂਰੇ ਹਿੰਦੁਸਤਾਨ 'ਚ ਜਾਣ ਦਾ ਵੀ ਮੌਕਾ ਮਿਲਦਾ ਸੀ ਭਾਜੀ ਦੇ ਨਾਲ ਰਹਿੰਦੇ ਆ ਤੇ ਕਈ ਜਗ੍ਹਾ ਦੇ ਉੱਤੇ ਨਾ ਸਾਨੂੰ ਕੁਝ ਲੋਕ ਕਹਿੰਦੇ ਸੀ ਕਿ ਬਹੁਤ ਸਾਡੇ ਐਵੇਂ ਕਹਿ ਲਈ ਕਿ ਸਾਡੇ ਆਪਣੇ ਪੰਜਾਬੀ ਦੇ ਜਿਹੜੇ ਕੁਝ ਯੂਨੀਵਰਸਿਟੀਆਂ ਵਾਲੇ ਪੇਪਰ ਲਿਖਣ ਵਾਲੇ ਕੁਝ ਲੋਕ ਹੁੰਦੇ ਆ ਨਾ ਜਿਹੜੇ ਸਿਰਫ ਪੇਪਰ ਹੀ ਲਿਖਦੇ ਆ ਤੇ ਉਹ ਵੇਚਦੇ ਉਗਦੇ ਇੰਨਾ ਨਹੀਂ ਹੁੰਦੇ ਤੇ ਉਹ ਸੁਣੀਆਂ ਸੁਣਾਈਆਂ ਗੱਲਾਂ 'ਚੋਂ ਲਿਖਦੇ ਆ। ਉਹ ਬੜਾ ਕਹਿੰਦੇ ਸੀ ਜਿਹੜਾ ਪੰਜਾਬੀ ਦਾ ਥੀਏਟਰ ਹੈ ਇਹ ਦੂਜੀਆਂ ਸਟੇਟਾਂ ਦੇ ਹਾਣਦਾਨੀ ਹੈ, ਬੰਗਾਲ ਦੇ ਹਾਣਦਾਨੀ, ਗੁਜਰਾਤ ਦੇ ਹਾਣਦਾਨੀ ਤੇ ਮੈਨੂੰ ਇਹ ਗੱਲ ਬੜੀ ਮਿਹਣੇ ਨੂੰ ਲੱਗਦੀ ਸੀ ਤੇ ਮੈਨੂੰ ਕਿਹਾ ਲੱਗਦਾ ਕਿ ਕੋਈ ਜਿਵੇਂ ਮੈਨੂੰ ਮਿਹਣਾ ਮਾਰ ਰਿਹਾ ਹੋਵੇ ਹੈਨਾ ਤੇ ਵੇਖਿਆ ਨਹੀਂ ਫਿਰ ਇਹ ਮਿਹਨਤ ਦੂਰ ਕਰਨਾ ਚਾਹੀਦਾ। ਫਿਰ ਜਦੋਂ ਮੈਂ ਅਸੀਂ ਬਾਹਰ ਜਾ ਰਹੇ ਸੀ ਗੁਰਸ਼ਰਨ ਭਾਜੀ ਨਾਲ ਦੂਜੀਆਂ ਸਟੇਟਾਂ, ਮੇਰਾ ਕੁਝ ਦੋਸਤਾਂ ਨਾਲ ਵਾਹ ਪਿਆ ਜਿਹੜੇ ਨੈਸ਼ਨਲ ਸਕੂਲ ਆਫ ਡਰਾਮਾ ਦੇ ਟੀਚਰ ਸੀ ਉਹ ਵੀ ਗੁਰਸ਼ਰਨ ਭਾਜੀ ਦੇ ਬੜੇ ਫੈਨ ਸੀਗੇ ਤੇ ਉਹ ਨਾਟਕ ਦੇਖਣ ਆਉਂਦੇ ਤੇ ਉਹਨਾਂ ਨੇ ਮੈਨੂੰ ਐਕਟਿੰਗ ਦੇਖਦੇ ਆ ਮੈਨੂੰ ਕਹਿੰਦੇ ਕਿ ਤੂੰ ਕਿਉਂ ਨਹੀਂ ਨੈਸ਼ਨਲ ਸਕੂਲ ਆਫ ਡਰਾਮਾ ਜੁਆਇਨ ਕਰਦਾ, ਤੇਰੇ 'ਚ ਇੰਨੀ ਪ੍ਰਤਿਭਾ ਤੇ ਸਾਨੂੰ ਪਤਾ ਹੀ ਨਹੀਂ ਸੀ ਕਿ NSD ਹੁੰਦੀ ਕੀ ਚੀਜ਼ ਹੈ। ਪਹਿਲੀ ਵਾਰੀ ਸਾਨੂੰ ਉੱਥੇ ਜਾ ਕੇ ਪਤਾ ਲੱਗਾ। ਮੈਂ 88 'ਚ ਮੈਂ ਜਦੋਂ ਇੰਟਰਵਿਊ ਦਿੱਤੀ ਤਾਂ ਉਦੋਂ ਪਹਿਲੇ ਸਾਲ ਹੀ ਪਹਿਲੀ ਇੰਟਰਵਿਊ 'ਚ ਹੀ ਕਹਿ ਲਓ ਕਿ ਮੇਰੀ ਸਿਲੈਕਸ਼ਨ ਹੋ ਗਈ ਉਹਦੇ ਵਿੱਚ। ਉਦੋਂ ਹਾਲੇ ਲਗਭਗ 4,000 ਕੈਂਡੀਡੇਟ ਸੀ ਪੂਰੇ ਇੰਡੀਆ 'ਚੋਂ ਕਿ ਜਿਹਦੇ 'ਚੋਂ 20 ਜਣੇ ਚੁਣੇ ਜਾਣੇ ਸੀਗੇ, ਉਹ 'ਚੋਂ ਵੀ 4 ਫੋਰਨ ਦੀਆਂ ਸੀਟਾਂ ਰਿਜ਼ਰਵ ਸੀ, 4 ਜਿਹੜੀਆਂ ਦੂਜੀਆਂ SC ਉਹ ਸੀਟਾਂ ਸੀਗੀਆਂ ਤੇ 12 ਹੀ ਸੀਟਾਂ ਸੀ ਜਿਨ੍ਹਾਂ 'ਚੋਂ ਮੈਂ ਕਿਉਂਕਿ ਜੱਟ ਫੈਮਿਲੀ ਨੂੰ ਬਿਲੋਂਗ ਕਰਦਾ ਸੀਗਾ ਤੇ ਸਾਡੇ ਤੇ ਮੈਂ ਉਹਨਾਂ 'ਚ ਹੀ ਆਉਣਾ ਸੀ 12 ਸੀਟਾਂ 'ਚ। ਤੇ ਉਹ ਫਿਰ ਮੇਰੀ ਉਹ 'ਚੋਂ ਸਿਲੈਕਸ਼ਨ ਹੋ ਗਈ ਤੇ ਤੁਹਾਨੂੰ ਦੱਸ ਮੇਰੀ ਜਦੋਂ ਮੈਂ ਇੰਟਰਵਿਊ ਦਿੱਤੀ ਮੇਰੇ ਨਾਲ ਮਨੋਜ ਵਾਜਪਾਈ ਵੀ ਮੇਰੇ ਨਾਲ ਸੀਗਾ ਜਿਹੜਾ ਹੁਣ ਤੇ, ਪਰ ਉਹਦੀ ਸਿਲੈਕਸ਼ਨ ਨਹੀਂ ਸੀ ਉਦੋਂ ਹੋਈ ਤੇ ਉਹ ਉਹਨਾਂ ਸਮਿਆਂ ਦੇ ਵਿੱਚ। ਪਰ ਉੱਥੇ ਵੀ ਕਹਿ ਲਓ ਕਿ ਉਹ ਇੱਕ ਅਗਲਾ ਸਫ਼ਰ ਸੀ ਤੇ ਫਿਰ ਮੈਂ ਜੋਬ ਤੋਂ ਰਿਜ਼ਾਈਨ ਕੀਤਾ ਖਾਲਸਾ ਸਕੂਲ ਤੋਂ। ਫੈਮਿਲੀ ਤੋਂ ਪਰਮਿਸ਼ਨ ਮਿਲ ਗਈ ਸੀ ਆਰਾਮ ਨਾਲ? ਹਾਂ ਨਹੀਂ, ਉਹ ਕਿੱਥੇ ਆਰਾਮ ਨਾਲ, ਜੱਟ ਫੈਮਿਲੀ ਤੁਸੀਂ ਜਾਣਦੇ ਹੋ। ਉਹ ਜਦੋਂ ਮੈਂ 1978 'ਚ ਗੁਰਸ਼ਰਨ ਭਾਜੀ ਨੂੰ ਜੁਆਇਨ ਕੀਤਾ ਨਾ, ਇੱਕ ਤਾਂ ਦਿਨ ਉਦੋਂ ਇਹੋ ਜਿਹੇ ਸੀ ਕਿ ਅੱਤਵਾਦ ਦਾ ਦੌਰ ਸੀਗਾ ਤੇ ਪਤਾ ਨਹੀਂ ਸੀ ਹੁੰਦਾ ਵੀ ਘਰੋਂ ਗਈ ਵਾਪਸ ਆਉਣਾ ਕਿ ਨਹੀਂ। ਤੇ ਉਸ ਵੇਲੇ ਫਿਰ ਮੇਰੇ ਫਾਦਰ ਸਾਹਿਬ ਮੇਰੀ ਮਾਂ ਨੂੰ ਹਮੇਸ਼ਾ, ਫਾਦਰ ਸਾਹਿਬ ਉੱਦਾਂ ਸਾਨੂੰ ਝਿੜਕਦੇ ਨਹੀਂ ਸੀ, ਉਹ ਇੱਕ ਸਾਡੇ ਫਾਦਰ ਸਾਹਿਬ ਇਸ ਨਾਲ ਸਾਨੂੰ ਮਾਰਿਆ ਕਦੀ ਨਾ ਝਿੜਕਿਆ, ਉਹ ਕੰਮ ਸਾਡੀ ਮਾਂ ਦਾ ਹੀ ਸੀਗਾ ਸਾਰਾ। ਤੇ ਉਹ ਫਾਦਰ ਸਾਹਿਬ ਨੇ ਮਾਂ ਨੂੰ ਕਹਿਣਾ ਕਿ ਇਹ ਵੇਖ ਜੱਟਾਂ ਦਾ ਮੁੰਡਾ ਹੋ ਕੇ ਤੇ ਮਰਾਸੀਆਂ ਵਾਲੇ ਕੰਮ ਕਰਦਾ ਹੈ ਨਾ। ਤੇ ਮੇਰੀ ਮਾਂ ਨੇ ਕਹਿਣਾ ਚਲੋ ਕੋਈ ਨੀ, ਹੌਲੀ ਹੌਲੀ ਸੁਧਰ ਜਾਏ।
ਤੇ ਮੈਂ ਹੁਣ ਕਹਿੰਦਾ ਨਾ ਕਿ ਵੇਖੋ ਮੈਂ ਅਜੇ ਤੱਕ ਨਹੀਂ ਸੁਧਰੀ ਹੈ ਨਾ ਤੇ ਮੈਂ ਫਿਰ ਵੀ ਇੱਧਰ ਲੱਗਾ ਰਿਹਾ ਤੇ ਉਹ ਪਰ ਇਹ ਸੀ ਕਿ ਪਰਿਵਾਰ ਵੱਲੋਂ ਏਦਾਂ ਤਾਂ ਨਹੀਂ ਸ਼ਾਇਦ ਉਸ ਵਿਗੜਨ ਦਾ ਨਤੀਜਾ ਕਿ ਅੱਜ ਜਿੰਨੇ ਥੀਏਟਰ ਨਾਲ ਜੁੜੇ ਹੋਏ ਨੇ ਸਾਰੇ ਸੁਧਰੇ ਹੋਏ ਨੇ ਤੇ ਉਹ ਫਿਰ ਹੌਲੀ ਹੌਲੀ ਜਦੋਂ ਫਿਰ ਮੇਰਾ ਕਹਿ ਲਓ ਕਿ ਮੈਂ ਪੜ੍ਹਾਈ ਵੀ ਕਰਦਾ ਰਿਹਾ ਮੈਂ ਪਹਿਲਾਂ ਸੀ ਕਿ ਜਦੋਂ 1978 ਤੋਂ ਬਾਅਦ ਮੈਂ 9ਵੀਂ 10ਵੀਂ ਦੇ ਵਿੱਚ ਹੀ ਘੱਟ ਤੋਂ ਪੈਸੇ ਲੈਣੇ ਬੰਦ ਕਰਤੇ ਮੈਨੂੰ ਗੁਰਸ਼ਰਨ ਭਾਜੀ ਤੋਂ ਪਹਿਲੇ ਸ਼ੋਅ ਦੇ 20 ਰੁਪਏ ਮਿਲੇ ਸੀਗੇ ਉਹਨਾਂ ਪੈਸਿਆਂ ਨਾਲ ਮੇਰਾ ਬੈਂਕ ਅਕਾਊਂਟ ਖੁੱਲ੍ਹਿਆ ਜਿਹੜਾ ਅੱਜ ਤੱਕ ਚੱਲਦਾ ਪਿਆ ਵਾ ਹੈ ਨਾ ਸੋ ਉਹ ਇੱਕ ਕੰਟਰੀਬਿਊਸ਼ਨ ਜਿਹੜੀ ਸੀ ਤੇ ਹਾਲਾਂਕਿ ਘਰ ਦੇ ਸਾਡੇ ਬਹੁਤ ਅੱਛੇ ਸੀ ਫੈਮਿਲੀ ਚੋਂ ਅਸੀਂ ਕੋਈ ਉਹ ਨਹੀਂ ਸੀ ਮਾੜੇ ਮੋਟੇ ਸੀਗੇ ਤੇ ਚੰਗੇ ਪੈਸੇ ਦੀ ਵੀ ਕੋਈ ਦਿੱਕਤ ਨਹੀਂ ਸੀ ਪਰ ਮੈਂ ਖੁਦ ਹੀ ਏਦਾਂ ਸੀ ਕਿ ਮੈਨੂੰ ਚੰਗੇ ਪੈਸੇ ਮਿਲ ਰਹੇ ਬਾਹਰੋਂ ਤੇ ਮੈਂ ਸੋ ਖੁਦ ਕੰਟਰੀਬਿਊਟ ਕਰਦਾ ਸੀ ਘਰ ਦੇ ਵਾਸਤੇ ਫਿਰ ਜਦੋਂ ਮੇਰੀ ਨੈਸ਼ਨਲ ਸਕੂਲ ਆਫ ਡਰਾਮਾ ਐਡਮਿਸ਼ਨ ਹੋ ਗਈ ਤੇ ਉਦੋਂ ਵੀ ਫਿਰ ਮੈਂ ਜੋਬ ਤੋਂ ਰਿਜ਼ਾਈਨ ਕਰ ਦਿੱਤਾ ਉਹ ਹਾਲੇ ਕਿ ਮੈਨੂੰ ਚੰਗੀ ਤਨਖਾਹ ਮਿਲਦੀ ਪਈ ਸੀ ਉਹਨਾਂ ਸਮਿਆਂ 'ਚ ਉਦੋਂ 88 ਤੱਕ ਕਿ ਮੈਨੂੰ ਮੇਰੇ ਖਿਆਲ ਕਿ ਮੇਰੀ ਜੋਬ ਸ਼ੁਰੂ ਹੋਈ ਸੀ 700 ਰੁਪਏ ਤੋਂ ਤੇ 1000 ਰੁਪਏ ਤੱਕ ਮੈਂ ਪਹੁੰਚ ਗਿਆ ਉਦੋਂ 1000 ਰੁਪਏ ਬਹੁਤ ਵੱਡੀ ਬੜੀ ਵੱਡੀ ਗੱਲ ਸੀ ਹੁਣ ਤੱਕ ਤਾਂ ਮੈਂ ਕਿਤੇ ਪਹੁੰਚੇ ਹੋਣਾ ਸੀ ਜੇ ਜੋਬ ਵਾਲੀ ਜੋਬ 'ਚ ਹੁੰਦਾ ਤੇ ਉਹ ਫਿਰ ਮੁੜ ਕੇ ਮੇਰੀ ਸਕਾਲਰਸ਼ਿਪ ਕਿਉਂਕਿ ਨੈਸ਼ਨਲ ਸਕੂਲ ਆਫ ਡਰਾਮਾ ਵੱਲੋਂ ਸੀ ਉਹ 500 ਰੁਪਏ ਸਕਾਲਰਸ਼ਿਪ ਹੁੰਦੀ ਸੀਗੀ ਜਿਹਦੇ ਤੋਂ ਤੁਸੀਂ ਪੜ੍ਹ ਸਕਦੇ ਹੋ ਉਹ 'ਚੋਂ ਤੁਹਾਡੀ ਮੈਸ ਦਾ ਖਰਚਾ ਤੁਹਾਡੀ ਕਿਤਾਬਾਂ ਦਾ ਖਰਚਾ ਸਾਰੇ ਖਰਚੇ ਉਹ 'ਚੋਂ ਹੀ ਹੁੰਦੇ ਸੀ ਪਰ ਮੈਂ ਵਾਹਿਦ ਹੀ ਕਹੋ ਜਿਹਾ ਸੀ ਮੈਂ ਨੈਸ਼ਨਲ ਸਕੂਲ ਆਫ ਡਰਾਮਾ ਤੋਂ ਪੈਸੇ ਨਹੀਂ ਲਏ ਮੈਨੂੰ ਪੰਜਾਬ ਸਰਕਾਰ ਨੇ ਪੜ੍ਹਾਇਆ ਮੈਨੂੰ ਜਦੋਂ ਮੇਰੀ ਐਡਮਿਸ਼ਨ ਹੋਈ ਤੇ ਮੇਰੇ ਉਦੋਂ ਡਾਇਰੈਕਟਰ ਸੀਗੇ ਕਲਚਰ ਡਿਪਾਰਟਮੈਂਟ ਦੇ ਸਰਦਾਰ ਜਸਵੀਰ ਸਿੰਘ ਆਲੂਵਾਲੀਆ ਉਹ ਪੰਜਾਬੀ ਦੇ ਬੜੇ ਵੱਡੇ ਰਾਈਟਰ ਸੀਗੇ ਹੁਣ ਉਹ ਰਹੇ ਨਹੀਂ ਹੈ ਪਰ ਉਹਨਾਂ ਦੀ ਬੜੀ ਕੰਟਰੀਬਿਊਸ਼ਨ ਰਹੀ ਪਰ ਕਿਉਂਕਿ 1988 ਤੱਕ ਬਤੌਰ ਐਕਟਰ ਵੀ ਮੇਰਾ ਇੱਕ ਚੰਗਾ ਨਾਮ ਸੀਗਾ ਭਾਜੀ ਨਾਲ ਰਹਿੰਦੇ ਆ ਤੇ ਜਦੋਂ ਮੇਰਾ ਨਾਮ ਅਖਬਾਰਾਂ 'ਚ ਆਇਆ ਕਿ ਪੰਜਾਬ ਦਾ ਇੱਕ ਮੁੰਡਾ ਸਾਡਾ ਐਨਐਸਟੀ 'ਚ ਸਿਲੈਕਟ ਹੋਇਆ ਉਹਨਾਂ ਨੇ ਮੈਨੂੰ ਚੰਡੀਗੜ੍ਹ ਬੁਲਾਇਆ ਤੇ ਕਹਿੰਦੇ ਤੂੰ ਉੱਥੇ ਕਿੱਦਾਂ ਪੜ੍ਹੇਗਾ ਜੀ ਮੈਂ ਕਿਹਾ ਉੱਥੇ ਸਕਾਲਰਸ਼ਿਪ ਮਿਲਦੀ ਕਹਿੰਦੇ ਨਹੀਂ ਨਹੀਂ ਆਪਾਂ ਕਿਉਂ ਦਿੱਲੀ ਵਾਲੇ ਕੋਲ ਪੈਸੇ ਲੈਣੇ ਤੈਨੂੰ ਪੰਜਾਬ ਸਰਕਾਰ ਪੜ੍ਹਾਏਗੀ ਉਹਨਾਂ ਨੇ ਫਿਰ ਚਿੱਠੀ ਮੈਨੂੰ ਦਿੱਤੀ ਤੇ ਫਿਰ ਹਰ ਮਹੀਨੇ ਮੇਰੇ 500 ਰੁਪਈਆ ਜਿਹੜਾ ਉੱਥੇ ਚਲੇ ਜਾਂਦਾ ਸੀਗਾ ਤੇ ਉਹਨਾਂ ਨੇ ਮੈਨੂੰ ਐਕਚੁਅਲੀ ਪੰਜਾਬ ਸਰਕਾਰ ਨੇ ਉਹ ਪੜ੍ਹਾਇਆ ਉੱਥੇ ਸੋ ਮੇਰੀ ਇੱਕ ਇਹ ਕਿ ਉਹ 3 ਸਾਲ ਮੈਂ ਉੱਥੇ ਰਹਿ ਕੇ ਜਿਹੜਾ ਪੜ੍ਹਿਆ ਤੇ ਮੈਨੂੰ ਹਮੇਸ਼ਾ ਟੀਚਰ ਬਹੁਤ ਅੱਛੇ ਮਿਲਦੇ ਰਹੇ ਮੈਨੂੰ ਖਾਲਸਾ ਸਕੂਲ 'ਚ ਟੀਚਰ ਬਹੁਤ ਅੱਛੇ ਮਿਲੇ ਮੈਨੂੰ ਖਾਲਸਾ ਕਾਲਜ 'ਚ ਟੀਚਰ ਬਹੁਤ ਅੱਛੇ ਮਿਲੇ ਜਿਵੇਂ ਸਰਦਾਰ ਮਹਿੰਦਰ ਸਿੰਘ ਤੇਜ ਉਹਨਾਂ ਦਾ ਜ਼ਿਕਰ ਕੀਤਾ ਪ੍ਰੋਫੈਸਰ ਮੋਹਨ ਸਿੰਘ ਮੂਰੀ ਜਿਹੜੀ ਅੰਗਰੇਜ਼ੀ ਵਾਲੇ ਸੀਗੇ ਉਹ ਹੁਣ ਉਹਨਾਂ ਨੇ ਮੇਰੀਆਂ ਪਤਾ ਮੈਨੂੰ ਬੜਾ ਚੰਗਾ ਲੱਗਦਾ ਹੁੰਦਾ ਦੱਸਣਾ ਕਿ ਮੇਰੇ ਪਲੇ ਉਹਨਾਂ ਨੇ ਅੰਗਰੇਜ਼ੀ 'ਚ ਟ੍ਰਾਂਸਲੇਟ ਕੀਤੇ ਮੇਰੇ ਟੀਚਰ ਨੇ ਮੇਰੇ ਪਲੇ ਮੇਰੇ ਲਈ ਬੜਾ ਵੱਡਾ ਸਨਮਾਨ ਹੈ ਉਹਨਾਂ ਨੇ 5 ਪਲੇ ਮੇਰੇ ਟ੍ਰਾਂਸਲੇਟ ਕੀਤੇ 5 ਕਿਤਾਬਾਂ ਅੰਗਰੇਜ਼ੀ 'ਚੋਂ ਛਪੀਆਂ ਨੇ ਔਰ ਉਹ ਟੀਚਰ ਸੀ ਫਿਰ ਮੈਨੂੰ ਜਦੋਂ ਐਨਐਸਟੀ ਮੈਂ ਗਿਆ ਫਿਰ ਉੱਥੇ ਮੈਨੂੰ ਦੁਨੀਆਂ ਦੇ ਕਹਿ ਲਓ ਕਿ ਵੱਡੇ ਰਤਨ ਥਿਆਮ ਵਰਗੇ ਡਾਇਰੈਕਟਰ ਦੁਨੀਆਂ ਦੇ ਵੱਡੇ ਡਿਜ਼ਾਈਨਰ ਉਹ ਉਦੋਂ ਡਾਇਰੈਕਟਰ ਸੀ ਉਹਨਾਂ ਨੇ ਮੇਰੀ ਸਿਲੈਕਸ਼ਨ ਕੀਤੀ ਬੀ ਐਮ ਸ਼ਾਹ ਉੱਥੇ ਸੀਗੇ ਜੇ ਐਨ ਕੌਸ਼ਲ ਉੱਥੇ ਸੀ ਅਨੁਰਾਧਾ ਕਪੂਰ ਉੱਥੇ ਸੀ ਰੋਬਿਨ ਦਾਸ ਅੰਕੁਰ ਜੀ ਸੁਰੇਸ਼ ਭਾਰਦਵਾਜ ਉੱਥੇ ਸਨ ਕੀਰਤੀ ਜੈਨ ਰਾਮ ਗੋਪਾਲ ਬਜਾਜ ਉੱਥੇ ਸੀ ਹੈ ਨਾ ਨਿਭਾ ਜੋਸ਼ੀ ਉੱਥੇ ਸਨ ਸੋ ਇੱਦਾਂ ਦੇ ਬਹੁਤ ਸਾਰੇ ਟੀਚਰ ਰੀਟਾ ਕੋਠਾਰੀ ਉੱਥੇ ਸੀਗੇ ਜਿਹੜੇ ਕਿ ਕਲਾਸੀਕਲ ਦੇ ਸੀਗੇ ਔਰ ਬੋਡੀ ਮੂਵਮੈਂਟ ਵਿੱਚ ਉਹ ਸਾਨੂੰ ਬਹੁਤ ਕੁਝ ਦੱਸਦੇ ਸੀ ਔਰ ਸਾਨੂੰ ਬਹੁਤ ਸਾਰੇ ਲੰਡਨ ਤੋਂ ਜਰਮਨ ਤੋਂ ਸਾਡੇ ਕੋਲ ਟੀਚਰ ਆਉਂਦੇ ਸੀਗੇ ਔਰ ਉਹਨਾਂ ਕੋਲ ਸਿੱਖਿਆ ਬਹੁਤ ਸਾਨੂੰ ਟੀਚਰਾਂ ਦੀ ਮੇਰੀ ਲਾਈਫ 'ਚ ਬੜੀ ਕੰਟਰੀਬਿਊਸ਼ਨ ਰਹੀ ਹੈ ਟਿਲ ਡੇਟ ਇਸੇ ਕਰਕੇ ਮੈਂ ਅੱਜ ਤੱਕ ਮੇਰੇ ਸਕੂਲ ਟਾਈਮ ਤੋਂ ਲੈ ਕੇ ਐਨਐਸਟੀ ਤੱਕ ਦੇ ਜਿੰਨੇ ਟੀਚਰ ਹੈ ਮੈਂ ਅੱਜ ਵੀ ਉਹਨਾਂ ਨਾਲ ਜੁੜਿਆ ਹੋਇਆ ਉਹਨਾਂ ਦੇ ਨਾਲ ਮੇਰਾ ਪੂਰਾ ਸਫ਼ਰ ਦੀ ਇੱਕ ਸਾਂਝ ਬਣੀ ਹੋਈ ਹੈ ਉਹਨਾਂ ਨਾਲ